डेली पोस्ट देख रहे हैं दर्शकों का स्वागत है। मैं हाँ परमजीत सिंह रंगपुरी ते तुसी देख सकते हो अज जिहड़े किसानां दी हड़ताल सी उहदा असर जलंधर च दिखना शुरू हो गया। जलंधर च करतारपुर तो सैकड़े की तादाद च किसान ट्रैक्टर ट्रालियां लैके पहुंच चुके हैं। तुसी आ सामने देख सकते हो ये पिछे किन्ने दी तादाद भारतीय किसान यूनियन कादिया रजिस्टर पंजाब वालों जी की गई है। इससे पिछे तुम देख सकते हो किन्ने ट्रैक्टर आ चुके हैं लगातार पिछे आए हैं। इन्हों का अज इतने पहुंचने का मकसद है कि अज ट्रैक्टर अपने जिहड़े ओह डीसी नूं सौंपणगे ते इस तों इलावा जिहड़ियां ट्रैक्टर दीआं चाबीआं ओह डीसी नूं सौंपणगे। उन्हां दा कहना है कि जिहड़ियां रेट घटाई नहीं जा रहे जिस करके ये सब कुछ किया जा रहा। तुसी देख सकते हो ये सारे किसान इत्थे हैगे ने। इन्हां दा कहना है कि इत्थे 500 दे करीब ट्रैक्टर इत्थे पहुँच चुके ने। यह जलंधर के डीसी दफ्तर च पहुँच चुके ने। इन्हां दे की मंगा ने असीं तुहानूं इत्थे दिखाने आ। थोड़ा जिहा मैं अपने कैमरामैन नूं कहूंगा कि थोड़ा उपर ट्रैक्टर के जिहड़ा सरकारां नूं शर्म आउणी चाहीदी है। जे हिंदुस्तान दा किसान मर गया हिंदुस्तान दा किसान जिहड़ा खेती छड्ड गया हिंदुस्तान मर जाएगा। बड़ा सरकारां नूं चाह चढ़िया है। तुहाडियां मंगां किहड़ियां किहड़ी खास करके दस्सो इह वी नाल लाओ। साडी जिहड़ी अज मुख मंग आ भारतीय किसान यूनियन कादिया दे जिला प्रधान जसबीर सिंह लट्टा ने जिहड़ा नाल 500 जिहड़ा ट्रैक्टर दे साथियों नूं नाल लै के साडी मुख मंग आ जिहड़ा डीजल दा रेट आ ओह बहुत ज़्यादा जिहड़ा महंगा हो गया। मोदी सरकार ने किसानां दा और लोकां दा डीजल ते पेट्रोल जिहड़ा महंगा करके लक तोड़ दिता आ। इस करके जिहड़ा किसान खेती नहीं करना चाहुंदा। साडी मंग आ जिहड़ा देखो किसान दा व्यापारी दा बहुत ज्यादा अंतर आ। ओहदे विच जिहड़ा शिमला मिर्च आ जां देसी दूजी कौड़ी मिर्च आ ओह 3 रुपए लै के ओहनूं 30 तों 40 रुपए वेख रिहा। खरबूजा जिहड़ा आ ओह जिहड़ा 5 तों 7 रुपए लै के धुआणा खरबूजा ओहनूं 20 तों 25 30 रुपए तक वेच रिहा। आलू जिहड़ा पिछे साडा सी 1 तों 1.5 रुपए विकिआ ओह जिहड़ा अगो व्यापारी ओहनूं 10 तों 15 रुपए वेच रिहा। टमाटर जिहड़ा देखो साडा व्यापारी जिहड़ा साडा किसान आ ਉਹਦਾ ਜਿਹੜਾ ਕਰੇਟ 20 ਕਿਲੋ ਜਿਹੜਾ ਉਹਦਾ ਵਜਨ ਆ ਉਹ 25 ਤੋਂ 30 ਰੁਪਏ ਵਪਾਰੀ ਲੁੱਟ ਰਿਹਾ। ਇਸ ਕਰਕੇ ਜਿਹੜਾ ਅੱਜ ਅਸੀਂ ਜਿਹੜਾ ਇਹ ਵਾਅਦਾ ਕੀਤਾ ਭਾਰਤੀ ਕਿਸਾਨ ਯੂਨੀਅਨ ਕਾਤੀਆਂ ਨੇ ਜਲੰਧਰ ਦਫ਼ਤਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਆ ਕੇ ਇੱਥੇ ਅਸੀਂ ਜਿਹੜਾ ਡੀਸੀ ਸਾਹਿਬ ਨੂੰ ਟਰੈਕਟਰਾਂ ਦੀਆਂ ਚਾਬੀਆਂ ਔਰ ਟਰੈਕਟਰ ਦੇਣ ਆ ਰਹੇ ਹਾਂ। ਸਾਡਾ ਪੰਜਾਬ ਸਰਕਾਰ ਨੂੰ ਔਰ ਮੋਦੀ ਸਰਕਾਰ ਨੂੰ ਸਾਡਾ ਜਿਹੜਾ ਇਹ ਜਿਹੜਾ ਵਾਪਸ ਕਰ ਦਿਓ। ਅਸੀਂ ਖੇਤੀ ਨਹੀਂ ਕਰਨੀ ਚਾਹੁੰਦੇ। ਕਿਸਾਨ ਜਿਹੜਾ ਖੁਦਕੁਸ਼ੀ ਕਰ ਰਿਹਾ ਉਹਦੇ ਵਿੱਚ ਜਿਹੜਾ ਕਿਸਾਨ ਨੂੰ ਖੁਦਕੁਸ਼ੀ ਦੇ ਬਜਾਏ ਜਿਹੜਾ ਉਹ ਕੁਛ ਨਹੀਂ ਦਿੱਤਾ ਜਾ ਰਿਹਾ ਕੋਈ ਬੁਢਾਪਾ ਪੈਨਸ਼ਨ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਕਿਸਾਨ ਜਿਹੜਾ ਖੁਦਕੁਸ਼ੀ ਜਿਹੜਾ ਮਜਬੂਰ ਹੋ ਰਿਹਾ। ਜਿਹੜਾ ਦੁੱਧ ਦੇਖੋ ਦੁੱਧ ਜਿਹੜਾ ਨਕਲੀ ਆ ਸਾਡੀ ਯੂਨੀਅਨ ਨੇ ਨੈਸ਼ਨਲ ਕਰਾਈ ਸੀ ਉਹ 'ਚ ਜਿਹੜਾ ਦੇਖੋ ਜਿਹੜਾ ਪਸ਼ੂ ਆ ਪੰਜਾਬ ਦੇ ਵਿੱਚ ਘੱਟ ਆ ਪਰ ਦੁੱਧ ਜ਼ਿਆਦਾ ਆ। ਜਿਹੜਾ ਗਊ ਦਾ ਦੁੱਧ ਪਿੰਡਾਂ ਦੇ ਵਿੱਚੋਂ ਕਿਸਾਨ 20 ਰੁਪਏ ਲੀਟਰ ਜਿਹੜਾ ਮੱਝ ਦਾ ਦੁੱਧ ਆ ਉਹ 30 ਰੁਪਏ ਕਿਲੋ ਦੇ ਰਿਹਾ। ਅੱਗੋਂ ਜਿਹੜਾ 50 ਤੋਂ 60 ਰੁਪਈਏ ਵੇਚ ਰਿਹਾ। ਜਿਹੜਾ ਨਕਲੀ ਦੁੱਧ ਪੰਜਾਬ ਦੇ ਵਿੱਚ ਉਹ ਜਿਹੜੇ ਵੱਡੇ ਅਫਸਰਾਂ ਦੀ ਮਿਲੀ ਭੁਗਤ ਆ ਪੰਜਾਬ ਸਰਕਾਰ ਦੇ ਮੰਤਰੀਆਂ ਦੀ MLA ਦੀ ਮਿਲੀ ਭੁਗਤ ਕਰਕੇ ਉਹਨਾਂ ਕੋਲ ਅਫਸਰਾਂ ਕੋਲ ਮਹੀਨਾ ਲੈ ਕੇ ਕਿਸਾਨ ਦਾ ਜਿਹੜਾ ਧੰਦਾ ਬੰਦ ਕਰ ਰਹੇ ਆ। ਜੇ ਅੱਜ ਦੇਖੋ ਟਰੈਕਟਰ ਟਰਾਲੀਆਂ ਨਹੀਂ ਰਹਿੰਦੇ ਤੇ ਡੀਸੀ ਦਫ਼ਤਰ ਦੇ ਬਾਹਰ ਖਲਾਰ ਕੇ ਤੇ ਫਿਰ ਪੈਦਲ ਆਪਣੇ ਘਰਾਂ ਨੂੰ ਚਲੇ ਜਾਵਾਂਗੇ। ਇਸ ਤੋਂ ਇਲਾਵਾ ਜਿਹੜੇ ਧਰਨ ਨਾਲ ਕਿਸਾਨ ਹੈ ਕਿੱਥੋਂ ਕਿੱਥੋਂ ਆਏ? ਇਹ ਸਾਰੇ ਦੇਖੋ ਜ਼ਿਲ੍ਹਾ ਕਪੂਰਥਲਾ ਔਰ ਜ਼ਿਲ੍ਹਾ ਜਲੰਧਰ ਦੇ ਵਿੱਚੋਂ ਜਿਹੜੇ ਕਿਸਾਨ ਪਿੰਡਾਂ ਦੇ ਵਿੱਚੋਂ ਹੁੰਦੇ ਇੱਥੇ ਜਿਹੜਾ ਜਲੰਧਰ ਡਿਪਟੀ ਕਮਿਸ਼ਨਰ ਜਿਹੜੇ ਪਹੁੰਚੇ ਆ ਇਹਨਾਂ ਨੇ ਡੀਸੀ ਸਾਹਿਬ ਨੂੰ ਜਿਹੜਾ ਅੱਜ ਅਸੀਂ ਜਿਹੜਾ ਟਰੈਕਟਰ ਦੇ ਟਰੈਕਟਰ ਦੀਆਂ ਚਾਬੀਆਂ ਦੇਣ ਆਏ ਆ। ਕਿਸਾਨ ਜਿਹੜਾ ਖੇਤੀ ਨਹੀਂ ਕਰੇਗਾ ਅੱਜ ਵੀ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦਾ ਫਿਰ ਕੀ ਕਰੋ? ਅੱਜ ਵੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਇਹ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਕਿਸਾਨ ਮਰ ਰਿਹਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਰੋਜ਼ ਦੇ 3 ਤੋਂ 4 ਜਿਹੜਾ ਕਿਸਾਨ ਮਰ ਰਹੇ ਆ। ਜੇ ਦੇਖੋ ਇਸ ਤੋਂ ਬਾਅਦ ਵੀ ਜਿਹੜਾ ਭਾਰਤੀ ਕਿਸਾਨ ਜਿਹੜੀ ਆ ਇਹ ਸੰਘਰਸ਼ ਨੂੰ ਤੇਜ਼ ਕਰੇਗਾ ਔਰ ਸੜਕਾਂ ਤੇ ਲੈ ਕੇ ਸਾਰੇ ਕਿਸਾਨਾਂ ਨੂੰ ਆ ਕੇ ਜਿਹੜਾ ਪੰਜਾਬ ਸਰਕਾਰ ਦਾ ਔਰ ਹਿੰਦੁਸਤਾਨ ਦੀ ਸਰਕਾਰ ਦੇ ਨੱਕ 'ਚ ਦਮ ਲਿਆ ਕੇ ਇਹ ਮੰਗਾਂ ਮਨਵਾ ਕੇ ਜਿਹੜਾ ਯੂਨੀਅਨ ਜਿਹੜੀ ਇਹ ਆ ਜਿਹੜਾ ਦੇਖੋ ਰੇਟ ਸਹੀ ਲਏਗੀ। ਅੱਛਾ ਤੁਸੀਂ ਸੁਣਿਆ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਅੱਜ ਟਰੈਕਟਰ ਦੇ ਟਰਾਲੀਆਂ ਜਿਹੜੀਆਂ
ਪਹੁੰਚੇ ਨੇ ਤੇ ਇਹ ਜਿਹੜੀਆਂ ਟਰੈਕਟਰ ਟਰਾਲੀਆਂ ਹੈਗੀਆਂ ਨੇ ਅੱਜ ਸੂਟ ਦੇਣਗੇ, ਟਰੈਕਟਰ ਜਿਹੜੀਆਂ ਚਾਬੀਆਂ ਸੌਂਪ ਦੇਣਗੇ। ਜੇ ਫਿਰ ਵੀ ਸਰਕਾਰ ਜਾਂ ਡੀਸੀ ਦਫ਼ਤਰ ਨਹੀਂ ਮੰਨਦਾ ਹੈਗਾ ਤਾਂ ਉਹ ਇਸ ਦੇ ਜਿਹੜੇ ਹੋਰ ਵੀ ਜ਼ਿਆਦਾ ਸਖ਼ਤ ਜਿਹੜੇ ਰੂਪ ਅਪਣਾਉਣਗੇ। ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਉੱਧਰ ਲਿਜਾ ਕੇ ਦਿਖਾ ਸਕਦਾ, ਪਹੁੰਚ ਚੁੱਕੇ ਨੇ ਇਹ ਕਿਸਾਨ ਸਾਰੇ ਡੀਸੀ ਦਫ਼ਤਰ ਦੇ। ਚਲੋ ਮੈਂ ਤੁਹਾਨੂੰ ਹੋਰ ਦਿਖਾਉਣਾ, ਮੈਂ ਤੁਹਾਨੂੰ ਹੁਣ ਲੈ ਕੇ ਚੱਲਦਾ, ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਡੀਸੀ ਦਫ਼ਤਰ ਦੇ ਵਿੱਚ, ਜਿੱਥੇ ਇਸ ਪਾਸੇ ਨਾਲ ਸੁਰੱਖਿਆ ਦੇ ਵੀ ਪੂਰੇ ਇੰਤਜ਼ਾਮ ਕੀਤੇ ਗਏ ਨੇ। ਜਲੰਧਰ ਡੀਸੀ ਦਫ਼ਤਰ ਦੇ ਸਾਹਮਣੇ ਪੁਲਿਸ ਪੂਰੀ ਤਰ੍ਹਾਂ ਚਾਕ ਚੌ ਬੰਦ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਸ ਤੋਂ ਪਿੱਛੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਮੇਰੇ ਨਾਲ ਨਾਲ ਚੱਲਦੇ ਹੋਏ ਤੁਹਾਨੂੰ ਦਿਖਾਏ ਕਿ ਕਿੰਨੇ ਦੀ ਤਾਦਾਦ ਵਿੱਚ, ਸੈਂਕੜਿਆਂ ਦੀ ਤਾਦਾਦ 'ਚ ਇੱਥੇ ਟਰੈਕਟਰ ਟਰਾਲੀਆਂ ਪਹੁੰਚ ਚੁੱਕੀਆਂ ਨੇ। ਤੁਸੀਂ ਪਿੱਛੇ ਦੇਖ ਸਕਦੇ ਹੋ ਉੱਥੇ ਕਿੰਨੇ ਦੀ ਤਾਦਾਦ 'ਚ, ਸੈਂਕੜੇ ਤਾਦਾਦ 'ਚ ਟਰੈਕਟਰ ਟਰਾਲੀਆਂ ਪਹੁੰਚ ਚੁੱਕੇ ਨੇ। ਕਿਸਾਨਾਂ ਨੇ ਇੱਥੇ ਆਪਣੇ ਟਰੈਕਟਰ ਖੜ੍ਹੇ ਕਰ ਦਿੱਤੇ ਨੇ, ਉਹਨਾਂ ਦੀਆਂ ਚਾਬੀਆਂ ਆਪਣੇ ਹੱਥਾਂ 'ਚ ਲੈ ਲਈਆਂ ਨੇ ਅਤੇ ਕੁਝ ਹੀ ਸਮੇਂ ਤੀਕਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਵਰਕਰ ਨੇ ਉਹ ਥੱਲੇ ਉਤਰ ਰਹੇ ਨੇ ਅਤੇ ਥੱਲੇ ਉਤਰਨ ਤੋਂ ਬਾਅਦ ਹੁਣ ਉਹ ਡੀ ਸੀ ਦਫ਼ਤਰ ਵੱਲ ਕੂਚ ਕਰਨਗੇ ਅਤੇ ਆਪਣੀਆਂ ਚਾਬੀਆਂ ਦੇਣਗੇ। ਤੁਸੀਂ ਉਹ ਦੇਖ ਸਕਦੇ ਹੋ ਪਿਛਲੇ ਪਾਸੇ ਕਿੰਨੇ ਹੀ ਟਰੈਕਟਰ ਇੱਥੇ ਪਹੁੰਚ ਚੁੱਕੇ। ਕਿਸਾਨਾਂ ਦਾ ਦਾਅਵਾ ਹੈ ਕਿ 500 ਦੇ ਕਰੀਬ ਟਰੈਕਟਰ ਜਿਹੜੇ ਇੱਥੇ ਲੈ ਕੇ ਆਏ ਨੇ ਅਤੇ ਇਹਨਾਂ ਦੀਆਂ ਚਾਬੀਆਂ ਸੌਂਪਣਗੇ। ਜੀ ਤੁਸੀਂ ਕਿੱਥੋਂ ਆਏ ਹੋ ਜੀ? ਤੁਹਾਡੀ ਕੀ ਮੰਗ ਹੈ? ਇਹ ਹੀ ਡੀਜ਼ਲ, ਦੇਖੋ ਡੀਜ਼ਲ ਕੀ ਭਾਅ ਹੋ ਗਿਆ, ਲੱਖ ਤੋੜਤਾ ਜ਼ਮੀਨਦਾਰ ਉੱਠ ਜੂਗਾ, ਛੱਡਿਆ ਹੀ ਨਹੀਂ। ਕੱਲ੍ਹ ਖੇਤੀ ਕਰੂ, ਕਾਹਦੇ ਵਾਸਤੇ ਕਿੱਦਾਂ ਕਰੂਗਾ, ਬੱਚੇ ਆਪਣੇ ਕਿੱਦਾਂ ਪਾਲੂਗਾ, ਮਰਦੇ ਤਾਂ ਜੀ ਬਾ ਖੁਦਕੁਸ਼ੀਆਂ ਦਾ ਪੈਸਾ ਸਾਨੂੰ ਲੱਭਣਾ ਹੋਵੇ, ਹੋਰ ਕੁਛ ਨਹੀਂ। ਕਿਸਾਨ ਖੁਦਕੁਸ਼ੀਆਂ ਇਸੇ ਕਰਕੇ ਕਰ ਰਿਹਾ, ਕੋਈ ਖਰਚਾ ਨਹੀਂ ਪੂਰਾ ਹੋਣ ਡਿਆ ਫਸਲ ਤੋਂ ਖਰਚਾ ਨਹੀਂ ਪੂਰਾ ਹੋਣ ਡਿਆ। ਜੇ ਕੋਈ ਫਸਲ ਬੀਜਦਾ ਵੇਚੀ ਆ, ਗੰਨੇ ਦਾ ਪੈਸਾ ਨਹੀਂ ਕਿਸੇ ਜ਼ਿੰਮੇਦਾਰ ਨੂੰ ਮਿਲਿਆ, ਕੱਲ੍ਹ ਨਾ ਅਗਲੀ ਫਸਲ ਬੀਜੂ, ਕੱਲ੍ਹ ਨਾ ਆਪਣਾ ਪਰਿਵਾਰ ਪਾਲੂ, ਕਿੱਥੋਂ ਕਿਸ਼ਤਾਂ ਦਊ, ਕਿੱਥੋਂ ਬੈਂਕਾਂ ਨੂੰ ਕਰਜ਼ੇ ਦਊ। ਸੁੱਕੀਆਂ ਫਸਲਾਂ, ਬਿਜਲੀ 2 ਘੰਟੇ ਆਉਂਦੀ ਹੈ, ਖੇਤਾਂ 'ਚ ਫਸਲਾਂ ਸੁੱਕੀਆਂ, ਜਾ ਕੇ ਦੇਖੇ ਕੋਈ ਡਿਸਾ ਬਾਹਰ ਨਿਕਲੇ ਦੇਖਣ, ਅੱਗ ਲਾਉਣ ਵਾਲੀ ਖੇਤੀ ਹੋਈ ਹੈ, ਹਰਿਆ ਭਰਿਆ ਪੰਜਾਬ, ਅੱਗ ਲੱਗੀ ਪਈ ਬਗੈਰ ਅੱਗ ਤੋਂ। ਤੁਸੀਂ ਸੁਣਿਆ ਕਿ ਕਿਸਾਨ ਕਿਸ ਤਰ੍ਹਾਂ ਹੀ ਤੰਗ ਆ ਚੁੱਕੇ ਨੇ ਅਤੇ ਉਹਨਾਂ ਨੇ ਕਹਿੰਦੇ ਹਰਿਆ ਭਰਿਆ ਜਿਹੜਾ ਪੰਜਾਬ ਸੀ ਉਹਨੂੰ ਉਜਾੜ ਕੇ ਰੱਖ ਦਿੱਤਾ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੰਮ ਕਰਨ ਦੀ ਨਹੀਂ ਹੈ, ਕੋਈ ਚਾਰਾ ਨਹੀਂ ਰਿਹਾ। ਤੁਸੀਂ ਸੁਣ ਲਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਦਰਦ ਸਾਹਮਣੇ ਆ ਰਿਹਾ, ਕੈਮਰੇ ਦੇ ਉੱਤੇ ਤੁਹਾਡੇ ਸਾਹਮਣੇ ਉਹ ਦਰਦ ਕਿੱਦਾਂ ਆਪਣਾ ਪੇਸ਼ ਕਰ ਰਹੇ ਨੇ। ਦੇਖੋ ਧੁੱਪ ਦੇ ਵਿੱਚ ਆ ਕੇ ਖੜੇ ਹੋਏ ਨੇ, ਬਜ਼ੁਰਗ ਨੇ, ਨਾਲ ਇਹਨਾਂ ਦੇ ਜਵਾਨ ਵੀ ਹੈ, ਪਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਉੱਥੇ ਫਟਣੀ ਪੀਤਾ, ਉਸੇ ਭੁੱਖੇ ਬਣੇ ਹੀ ਤੁਰੇ ਫਿਰਦੇ ਨੇ, ਮਰਨਾ ਮਰ ਰਹੇ ਹੀ ਜਗ੍ਹਾ ਵੀ ਹੋਰ ਪੁੱਛੇ ਨੇ ਮਰੀਏ ਸਾਡੇ ਡੰਗਰ ਜੋ ਭੁੱਖੇ ਧੁੱਪੇ ਸਾਰੇ ਬੈਠੇ ਨੇ, ਭੁੱਖੇ ਮਾਲ, ਭੁੱਖੇ ਨਿਆਣੇ, ਕਰ ਬਿਜਲੀ, ਬਿਜਲੀ ਘਰਾਂ 'ਚ ਨਹੀਂ ਜਾਣ ਡਈ, ਕਿੱਥੋਂ ਜਨਰੇਟਰ ਕੋਲ ਚਲਾਓ, ਬੱਚਿਆਂ ਨੂੰ ਖਬਰ ਕਿੱਥੋਂ ਦੇ ਦੂ ਬਿਜਲੀ, 2 ਘੰਟੇ ਤੜਕੇ ਡਿਲੀਵਰੀ ਕਰੀ, ਮੋਟਰਾਂ ਦੀ ਬੱਤੀ ਬੰਦ, ਘਰਾਂ ਦੀ ਬੱਤੀ ਬੰਦ, ਬਾਹਰ ਨਿਕਲ ਕੇ ਲੋਕ ਹਾਬਾ ਹਾਬਾ ਕਰਦੇ ਆ, ਕਦੇ ਮਰਦੇ, ਸਰਕਾਰ ਨੂੰ ਪਿੱਟਦੇ ਆ। ਅਸੀਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਧਰ ਕਿਸਾਨ ਇਕੱਠੇ ਹੋ ਚੁੱਕੇ ਨੇ ਅਤੇ ਉਹ ਅੱਗੇ ਇਕੱਠੇ ਹੋ ਗਏ ਨੇ, ਹੁਣ ਉਹ ਡੀ ਸੀ ਦਫ਼ਤਰ ਦੇ ਵੱਲ ਅੰਦਰ ਜਾਣ ਦੀ ਤਿਆਰੀ ਕਰ ਰਹੇ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਇਹ ਟਰੈਕਟਰ ਜਿਹੜੇ ਸਾਰੇ ਕਿਸਾਨ ਇੱਥੇ ਇਕੱਠੇ ਹੋ ਚੁੱਕੇ ਨੇ।